ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ। ਅੱਜ ਅਸੀਂ ਪਹੁੰਚੇ ਵਾਰਡ ਨੰਬਰ 78 ਕੋਟ ਖਾਲਸਾ। ਸਿਮਰਨਜੀਤ ਵੱਲੋਂ ਸੰਤ ਕਬੀਰ ਜੀ ਦਾ 626ਵਾਂ ਜਨਮ ਦਿਵਸ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਅਤੇ ਠੰਡੇ ਮਿੱਠੇ ਜਲ ਅਤੇ ਗੁਰਕੇ ਅਤੁੱਟ ਲੰਗਰ ਵਰਤਾਏ ਗਏ। ਗੱਲਬਾਤ ਕਰਦੇ ਹਾਂ ਸੰਤ ਕਬੀਰ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ। ਹਾਂਜੀ, ਸਤਿਗੁਰੂ ਕਬੀਰ, ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ। ਹਾਂਜੀ, ਵਾਰਡ ਨੰਬਰ 78 ਤੋਂ ਮੈਂ ਇਲੈਕਸ਼ਨ ਵੀ ਲੜਿਆ ਪਹਿਲੇ ਕੋਟ ਖਾਲਸਾ ਤੋਂ। ਅਤੇ ਸਤਿਗੁਰੂ ਕਬੀਰ ਸਾਹਿਬ ਜੀ ਦਾ 626ਵਾਂ ਜਨਮ ਦਿਹਾੜਾ ਜੋ ਅਸੀਂ ਮਨਾ ਰਹੇ ਹਾਂ, ਸਾਰੀ ਸਮੂਹ ਸਾਧ ਸੰਗਤ ਵੱਲੋਂ ਰਲ ਕੇ ਮਨਾਇਆ ਜਾ ਰਿਹਾ ਹੈ। ਬਾਕੀ ਤੁਸੀਂ ਵੇਖ ਹੀ ਰਹੇ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਮਿਹਨਤ ਸਦਕਾ ਅੱਜ ਜੋ ਅਸੀਂ ਇੱਥੇ ਦਿਹਾੜਾ ਮਨਾ ਰਹੇ ਹਾਂ ਸਤਿਗੁਰੂ ਕਬੀਰ ਸਾਹਿਬ ਜੀ ਦਾ, ਉਹ ਬਹੁਤ ਹੀ ਸਫਲ ਯੋਗ ਆ ਕਿ ਸਾਧ ਸੰਗਤ ਸਾਰੀ ਰਲ ਕੇ ਮਨਾ ਰਹੀ ਆ। ਗੁਰੂ ਮਹਾਰਾਜ ਦੇ ਲੰਗਰ ਜੋ ਚੱਲ ਰਹੇ ਨੇ ਭੰਡਾਰੇ, ਤੁਸੀਂ ਵੇਖ ਹੀ ਰਹੇ ਸੰਗਤ ਦਾ ਜ਼ੋਰ, ਜਜ਼ਬਾ। ਗਰਮੀ ਹੋਣ ਦੇ ਬਾਵਜੂਦ ਵੀ ਫਿਰ ਵੀ ਲੋਕ ਬਹੁਤ ਜੋਸ਼ ਨਾਲ ਮਨਾ ਰਹੇ ਆ। ਦੇਖੋ ਜੀ, ਅਸੀਂ ਤਾਂ ਆਪਣੇ ਹੋਸ਼ ਦੇ ਹਿਸਾਬ ਨਾਲ ਅੱਜ 5 ਸਾਲ ਹੋ ਗਏ ਲਗਾਤਾਰ ਅਸੀਂ ਮਨਾ ਰਹੇ ਹਾਂ। ਹਰ ਸਾਲ ਅਸੀਂ ਮਨਾਈਦਾ ਆ, 5 ਸਾਲ ਹੋ ਚੁੱਕੇ ਨੇ। ਇਸ ਵਾਰ ਮਹਾਰਾਜ ਨੇ ਕਿਰਪਾ ਕੀਤੀ ਅਤੇ ਚਲੋ ਹਾਲ ਦੇ ਅੰਦਰ ਮਨਾ ਲਿਆ, ਕਿ ਸਤਿਗੁਰੂ ਕਬੀਰ ਸਾਹਿਬ ਦੀ ਕਿਰਪਾ ਆਈ ਅਤੇ ਐਤਕੀ ਅਸੀਂ ਹਾਲ ਦੇ ਵਿੱਚ ਕੀ ਕਰ ਲਿਆ ਪ੍ਰੋਗਰਾਮ। ਨਹੀਂ ਤਾਂ ਬਾਹਰ ਪਹਿਲਾਂ ਟੈਂਟ ਲਗਾ ਕੇ ਕੰਮ ਕਰਦੇ ਸੀ, ਉਹਨਾਂ ਦੀ ਕਿਰਪਾ ਸਦਕਾ ਐਤਕਾ ਇਸ ਵਾਰ ਹਾਲ ਦੇ ਵਿੱਚ, ਜੋ ਕਿ ਆਪਣਾ ਮਹਾਰਾਜ ਨੇ ਕਿਰਪਾ ਕੀਤੀ, ਆਪਣਾ ਲੈ ਕੇ ਬਣਾ ਕੇ ਫੇਰ ਹੀ ਕੀਤਾ ਪ੍ਰੋਗਰਾਮ। ਸਤਿਗੁਰੂ ਕਬੀਰ ਸਾਹਿਬ ਜੀ ਨੇ ਦੇਖੋ ਜੀ ਕੋਈ ਕਿਰਤ ਕਰਨੀ ਸਿਖਾਈ ਕਿ ਕਿਰਤ ਕਰੋ, ਅਤੇ ਕਿਰਤੀ ਕਰ ਰਹੇ ਆਪਾਂ ਵੀ। ਉਹਨਾਂ ਨੇ ਬਸ ਇਹ ਸਿਖਾਇਆ ਕਿ ਕਿਰਤ ਕਰੋ, ਸਾਰਿਆਂ ਨਾਲ ਰਲ ਕੇ ਰਹੋ, ਅਤੇ ਸਾਡੇ ਸਾਰੇ ਹੀ ਰਲ ਕੇ ਰਹਿ ਰਹੇ ਨੇ, ਕਿਰਤ ਕਰ ਰਹੇ ਨੇ, ਸੰਗਤ ਦੀ ਸੰਯੋਗ ਨਾਲ ਹੀ ਲੰਗਰ ਲਾ ਰਹੇ ਹਾਂ। ਬਾਕੀ ਮਹਾਰਾਜ ਦੀ ਕਿਰਪਾ ਹੀ ਹੈ ਸਤਿਗੁਰੂ ਕਬੀਰ ਸਾਹਿਬ ਜੀ।